ਬਿਸਮਿਲ੍ਲਾਹਿ ਰਹਿਮਾਨ ਰਹੀਮ। ਇਯਾਕ ਨਅਬਦੂ ਵ ਇਯਾਕ ਨਸਤਾਈਨ। ਅਸਲਾਮੁ ਅਲੈਕੁਮ ਜੀ, ਸੁਣਾਓ ਕੀ ਹਾਲ ਚਾਲ ਹੈ। ਉਮੀਦ ਕਰਾਂ ਸਾਰੇ ਠੀਕ ਹੋ ਸੋ। ਤੁਸੀਂ ਵੇਖ ਰਹੇ ਹੋ ਮੇਰਾ ਚੈਨਲ ਸੈਮੀਨਾਰਸ। ਅਲਹਮਦੁਲਿਲਾ ਜੀ, ਅੱਜ ਦਿਹਾੜਾ ਇਤਵਾਰ ਦਾ ਅਤੇ ਟਾਈਮ ਹੋ ਗਿਆ 12 ਦਾ, ਸੂਰਜ ਨਿਕਲੇ ਹੈ ਅਤੇ ਗਰਮੀ ਚੰਗੀ ਪੈਣ ਲੱਗੀ ਹੈ ਮਾਸ਼ਾਅੱਲਾ ਜੀ। ਜਿਹੜੀ ਕੁੱਕੜੀ ਅੱਖ ਪਹਿਲਾਂ ਦੱਸਿਆ ਸੀ ਵਲਾਗ ਵਿੱਚ, ਕੁੜੁੱਕ ਨਹੀਂ ਪੈਣ ਲੱਗੀ, ਇਹ ਬਹਿ ਗਈ ਹੈ ਕੁੜੁੱਕ। ਅਤੇ ਅੱਜ ਇਸ ਕੀ ਹੋ ਗਿਆ ਚੌਥਾ ਪੰਜਵਾਂ ਦਿਹਾੜਾ, ਅਤੇ ਹੁਣ ਤੱਕ ਉਹ ਕਿਤੇ ਬੱਚੇ ਨਿਕਲਣ। ਇਹ ਜੀ ਜਿਹੜੀ ਕਣਕ ਆਉਂਦੀ ਸੀ ਨਾ ਕੁ ਦਿਹਾੜੇ ਪੈਣ, ਅਤੇ ਇੱਥੇ ਰੱਖੀ ਸੀ ਗਰਾਜ ਵਿੱਚ, ਤਰੇ ਤਰੋੜੇ ਹਨ ਅਤੇ ਤਰੇ ਚਾਰੇ ਹਨ। ਅਤੇ ਇਹ ਅੱਜ ਸੱਟਣੇ ਅੱਪਰ ਧੁੱਪ ਵਿੱਚ, ਅਜੇ ਜਿਹੜਾ ਨਾ ਭੜੋਲਾ ਸਾਫ਼ ਨਹੀਂ ਕੀਤਾ, ਭੜੋਲੇ ਕਿਉਂਕਿ ਵੀ ਦਾਣੇ ਨੇ, ਇੰਨੇ ਪਹਿਲਾਂ ਧੁੱਪ ਲਵਾਸਾਂ ਨਾ ਦਾਣਿਆਂ ਕੀ ਇਵੇਂ ਹੀ ਤਰੋੜਿਆਂ ਜੀ, ਅਤੇ ਫਿਰ ਕੁਝਾਂ ਦਿਹਾੜਿਆਂ ਬਾਅਦ ਭੜੋਲੇ ਸੱਟਾਂਗੇ। ਹੁਣ ਮੈਂ ਤਾਂ ਦੈਨ ਕੁਝ ਤਰੇ ਤਰੋੜੇ ਨੇ, ਇਹ ਉੱਪਰ ਲੈ ਕੇ ਜਾਸਾਂ ਸੀੜੀਆਂ ਨੂੰ, ਅਤੇ ਇਕੱਲਾ ਨਹੀਂ ਜਾਣ ਹੋਣ ਲਿਆ, ਅਤੇ ਦੋਏ ਚੁੱਕਸਾਂ ਠੀਕ ਰਹਿ ਸਕ ਕਿਉਂਕਿ 10 ਤਰੋੜੇ ਨੇ, ਅਤੇ ਹੁਣ ਚੁੱਕਣੇ ਆ। ਹੁਣ ਜੀ ਇਹ ਰਹਿ ਗਏ 6 ਤਰੋੜੇ, 6 ਨਹੀਂ ਅਲਹਮਦੁਲਿਲਾ ਜੀ, ਤਰੋੜੇ ਸਾਰੇ ਆ ਗਏ ਨੇ, ਪਰ 7 ਕੀ ਹੈ ਅਤੇ 3 ਤਰੋੜੇ ਹਨ। ਇਹਨਾਂ ਕੀ ਹੁਣ ਲਵਾਉਂਦੇ ਹਾਂ ਧੁੱਪ, ਅਤੇ ਧੁੱਪ ਜਿਹੜਾ ਸਹੀ ਜੀ ਲੱਗ ਗਈ ਫਿਰ ਅੰਦਰ ਰੱਖ ਛੋੜ ਸਾਂ। ਅਤੇ ਕੁਝ ਦਿਹਾੜਿਆਂ ਤੱਕ ਜੀ ਭੜੋਲੇ ਦਾਣੇ ਹਨ, ਦਾਣੇ ਭੜੋਲਾ ਸਾਫ਼ ਕਰਕੇ ਫਿਰ ਭੜੋਲੇ ਪਾਸਾਂ ਵਿੱਚ ਰੱਖ ਕੇ ਨਾ ਗੋਲੀਆਂ ਛੋਲੀਆਂ। ਹੁਣ ਨਹਾ ਧੋ ਕੇ ਚੱਲਣੇ ਹਾਂ ਨਹਿਰੇ 'ਤੇ, ਕੱਪੜੇ ਚੇਂਜ ਕਰਕੇ ਉੱਥੇ ਨਾ ਨਹਿਰੇ 'ਤੇ ਮੁੜਾ ਡੁੱਬੇ ਹੈ ਪਰਸੋਂ ਨਾ, ਅਤੇ ਤੱਕਣੇ ਆ ਕੇ ਸੂਰਤ ਹਾਲ ਹੈ, ਡੈਡ ਬਾਡੀ ਲੱਭੀ ਹੈ ਕਿ ਨਹੀਂ। ਪਹੁੰਚ ਗਿਆ ਜੀ ਹੋਟਲੇ 'ਤੇ, ਅਤੇ ਅਜੇ ਤੱਕ ਮੇਰੇ ਖਿਆਲ ਲਾਸ਼ ਕੋਨੇ ਲੱਭੀ। ਇਹ ਮੁੜਾ ਸੀ ਨਾ ਜਿਹੜਾ ਹੈ ਪਿੱਛੋਂ ਮੁਲਤਾਨ ਨਾ, ਅਤੇ ਸਰਾਏ ਲੰਬੀਰ ਕੰਮ ਕਰਨਾ, ਅਤੇ ਨਹਾਉਣ ਗਏ ਅਸੀਂ ਨਹਿਰ 'ਤੇ ਕਰਮਾ ਵਾਲਾ, ਪਰਸੋਂ 6 ਵਜੇ ਨੇ ਡੁੱਬੇ ਹੈ। ਹੁਣ ਪਿੱਛੇ ਵਕਤ ਪਏ ਆ ਮੁੜਿਆਂ ਕੀ, ਇਤਿਆਦ ਕਰਨੀ ਚਾਹੀਦੀ ਹੈ ਨਹਿਰੇ, ਅਗਰ ਨਹਾਉਣਾ ਵੀ ਹੈ ਤਾਂ ਬੰਦਾ ਨਾਲ ਨਾਲ ਨਹਾ ਲੈਣਾ, ਛਾਲ ਮਾਰਨੀ ਕਿਹੜੀ ਲੋੜ ਹੈ, ਅਗਰ ਛਾਲ ਹੀ ਬੰਦਾ ਮਾਰਿਆ ਤਾਂ ਨਾਲ ਸੇਫਟੀ ਜੈਕਟ ਪਾ ਲਵੇ। ਅਤੇ ਇਹ ਹੈ ਵੀ ਪਰਦੇਸੀ ਨੇ, ਅੱਲਾ ਮਾਫ਼ ਕਰੇ। ਅਤੇ ਜਿਹੜਾ ਪੁਲੇ 'ਤੇ ਲਾਈਟਾਂ ਲਾ ਦਿੱਤੀਆਂ ਸਨ,
ਤੇ ਪੁੱਲ ਤਾਂ ਹੁਣ ਕੋਈ ਛਾਂ ਛਾਂ ਕੋ ਨਹੀਂ, ਅਗਾਂ ਛਾਂ ਵੀ ਬੈਠੇ ਹੁਣ ਪਤਾ ਕਰਨੇ ਆ ਕੇਸ ਦਿੱਤੇ ਹਾਲ ਨੇ। ਕੀ ਲੱਗ ਗਿਆ ਜੀ ਗਰਮੀ, ਹੋਟਲੇ ਲੰਮਾ ਪੈ ਪੈ ਗਿਆ, ਆਉਣਾ ਨਹਾ ਲਈਏ, ਨੌਵੀਂ ਆ ਗਿਆ ਭਾਈ ਕੰਮ ਹੀ ਰੋਟੀ ਖਾ ਕੇ ਨਹਾਈ ਨਾ ਦੀ ਵੈਸੇ ਦਲੀਲ ਦਿਓ ਗੱਲਾਂ ਬਣੀਆਂ ਇਹ ਹੁਣ ਤੱਕਨੇ ਆ ਨਹਾਓ ਨਾ ਫਿਰ ਅਗਲਾ ਕੰਮ ਪਿਆ ਤੇ ਫਿਰ ਦੱਸਾਂ ਤੂੰ ਆ ਗਈ। ਅੱਛਾ ਕੈਮਰਾ ਤੁਸੀਂ ਸਾਹਮਣੇ ਦੇਖਣਾ ਪਿਆ ਗਰਮੀਆਂ ਤੋਂ ਪਹਿਲਾਂ ਨਹਾਉਣਾ ਆਪਣੀ ਮਜ਼ਾ ਹੈ, ਨਹਿਰੇ ਤੋਂ ਬਚਾਓ ਹੋਇਆ ਚੰਗਾ। ਮੈਂ ਜਾ ਸਿੱਖਣੀ ਆ ਮੈਂ ਤੈਰਾਕੀ ਨੂੰ, ਜੈਕਟ ਆਉਣ ਦਾ ਫਿਰ ਜੈਕਟ ਲੈ ਗਿਆ, ਜੈਕਟ ਲੈ ਨਹੀਂ ਸੱਲਾ ਜੀ ਨਹਾ ਕੇ ਆ ਗਏ, ਗਰਮੀ ਢੇਰ ਹੋ ਗਈ ਹੈ ਤੇ ਮਲਿਕ ਸਾਹਿਬ ਆਪੂ ਹੀ ਮਿਸਤਰੀ ਬਣੇ ਨੇ। ਮਲਿਕ ਸਾਹਿਬ ਸੁਣਾਓ ਆਪੂ ਹੀ ਮਿਸਤਰੀ ਬਣੇ ਹੋ ਹੈਂ, ਮਾਸ਼ਾਅੱਲਾ ਬਣਾਉਣ ਲੱਗੇ ਨੇ ਵੱਡਾ ਕੱਲ ਲੱਗੇ ਨੇ ਬਹਿਣੇ ਨੂੰ ਜਗ੍ਹਾ ਨਹਿਰੇ ਤੇ। ਹੋਰ ਅਲਹਮਦੁਲਿਲਾ ਜੀ ਟਾਈਮ ਹੋ ਗਿਆ 6 ਨਾ ਤੇ ਇਸ ਟਾਈਮ ਖਲੋਤੇ ਹਾਂ ਬੋੜੀ ਹੇਠ, ਗਰਮੀ ਥੋੜ੍ਹੀ ਘੱਟ ਗਈ ਹੈ, ਬੱਕਰ ਜਾ ਰਿਹਾ ਦੁੱਧ ਦੇ ਕੇ ਤੇ ਹੁਣ ਚੱਲੇ ਹਾਂ ਅਖਬਾਰ। ਉੱਥੇ ਮਲਿਕ ਸਾਮਾ ਦੋਸਤ ਹੈ, ਉਸ ਨਾਲ ਭਰਾ ਖੋਲਿਆ ਰੈਸਟੋਰੈਂਟ, ਉਮਰ ਬੈਠੇ ਆ ਇੱਥੇ, ਚੱਕੀ ਖੁੱਲ੍ਹੀ ਹੈ ਪਸ਼ਕੀਲ ਨੂੰ ਤੇ ਨਵੀਂ ਤੰਦੂਰੀ ਤਾਏ ਹੈ, ਹੁਣ ਇੰਤਜ਼ਾਰ ਹੈ ਵੀ ਕੀ ਨਾ ਉਹ ਆਵੇ ਤਾਂ ਫਿਰ ਚਲਾਂਗੇ ਅਖਬਾਰ। ਚਾਚਾ ਰੀ ਯਾਰ ਛਲੀਆਂ ਵਾਲੇ ਬਲਾਲ, ਬਲਾਲ ਕੀ ਹਾਲ ਹੈ, ਠੀਕ ਹੋ, ਕਿੱਧਰ ਚੱਲੇ ਹੋ, ਇੱਥੇ ਕਿੱਧਰ ਰਾਂਝਾ ਕਿਉਂ ਆਖਣ ਲੱਗੀ, ਮੰਮਾ ਸ਼ਾਕਾ ਵੀ ਸ਼ੱਕਰ ਨਾਲ ਇਹ ਹੋਇਆ। ਅਲਹਮਦੁਲਿਲਾ ਜੀ ਪੁੱਜਾ ਆ ਤੇ ਅਸੀਂ ਹੋ ਗਏ ਲੇਟ, ਦੁਆ ਹੋ ਗਈ ਹੈ ਅਲਹਮਦੁਲਿਲਾ ਜੀ ਪਹੁੰਚ ਆਇਆ ਗ੍ਰਾਂ ਤੇ ਇਹ ਪੁੱਲੇ ਤੇ ਵਾਂ, ਲਾਈਟਾਂ ਜੇ ਹਨੇਰਾ ਹੋਣ ਲਿਆ ਤੇ ਲਾਈਟਾਂ ਹੁਣ ਬਾਲਸਾਂ ਜਿਹੜਾ ਨਾ ਇਹ ਲਾਈਟਾਂ ਲਾਈਆਂ ਨੇ ਕੱਲ੍ਹ ਰਾਤੀ ਤੇ ਥੋੜ੍ਹਾ ਆਸਰਾ ਹੋ ਜਾਵੇ, ਪਰ ਦੇਸੀ ਬੰਦੇ ਨੇ ਤੇ ਮੁਸ਼ਕਿਲ ਵੇਲੇ ਥੋੜ੍ਹਾ ਕੰਮ ਆਉਣਾ ਚਾਹੀਦਾ ਬੰਦੇ ਨੇ, ਅਗਰ ਮਾੜਾ ਬੰਦਾ ਹੋਵੇ ਉਸਨੇ ਜ਼ਿਆਦਾ ਆਉਣਾ ਚਾਹੀਦਾ।
ਬੇਸਿਕਲੀ ਹੈ ਮੁਲਤਾਨ ਨੇ ਤੇ ਇੱਥੇ ਇਹਨਾਂ ਦੀ ਅਤਮਾਇਸ਼ ਥੋੜ੍ਹੀ ਜਿਹੀ ਆਈ ਨੇ ਤੇ ਦੁਆ ਕਰੋ ਤੁਸੀਂ ਵੀ ਡੈਡ ਬਾਡੀ ਲੱਭ ਜਾਵੇ। ਤਕਰੀਬਨ ਲਾਈਟਾਂ ਲਾਈਆਂ ਨੇ 6 ਕੀ ਤੇ ਰੋਸ਼ਨੀ ਚੰਗੀ ਭੱਲੀ ਹੋ ਜਾਣੀ ਹੈ। ਉਹ ਉੱਥੇ ਬੈਠੇ ਨੇ ਕੁਰਸੀ ਢਾਹ ਕੇ ਮੰਜੀ ਢਾਹ ਕੇ ਦਿਹਾੜੀ ਜਿਹੜਾ ਹੈ ਸੀ ਨਾ ਧੁੱਪ ਸੀ ਇਸ ਵਜ੍ਹਾ ਤੋਂ ਤੇ ਅੱਜ ਨਹੀਂ ਵੀਡੀਓ ਇੱਥੇ ਐਂਡ ਕਰਨੇ ਆ। ਉਮੀਦ ਕਰਦਾ ਤੁਹਾਨੂੰ ਵਲੋਗ ਪਸੰਦ ਆਇਆ ਸੀ। ਇਨਸ਼ਾਅੱਲਾ ਮਿਲਾਂਗੇ ਅਗਲੇ ਵਲੋਗ ਵਿੱਚ। ਅੱਲਾਹ ਹਾਫਿਜ਼।